ਵੀ ਦਿਖਾ ਰਹੀ ਹੈ, ਆਹ ਬਿੱਲ ਦਿਖਾਈ ਜਾਂਦੀ ਹੈ। ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ, ਮੈਨੂੰ ਪਤਾ ਪੀਟੀਸੀ ਦੇ ਸਾਹਮਣੇ ਬੈਠਾ ਹੋਣਾ ਦੇਖਣ ਵਾਸਤੇ, ਆ ਗਰੀਬ ਬੀਬੀਆਂ ਦੇ ਬਿੱਲ ਦੇਖ ਲੋ, ਜਿਹੜਾ ਕਹਿੰਦਾ ਮੈਂ ਬਿੱਲ ਮੁਫ਼ਤ ਕੀਤੇ ਆ। ਆ ਸਾਰੀਆਂ ਬੀਬੀਆਂ ਆਈਆਂ, ਬੀਬੀਆਂ ਦੱਸਿਓ ਹੱਥ ਖੜਾ ਕਰਕੇ ਤੁਹਾਡੇ ਬਿੱਲ ਆ ਰਹੇ ਕਿ ਨਹੀਂ। ਆ ਦੇਖੋ ਸਾਰੀਆਂ ਬੀਬੀਆਂ ਨੇ ਹੱਥ ਖੜੇ ਕਰਕੇ ਕਿਹਾ ਕਿ ਝਾੜੂ ਵਾਲੇ ਨੇ ਝੂਠ ਬੋਲ ਕੇ। ਪਹਿਲੇ ਤਾਂ ਕੀ ਭਗਵੰਤ ਮਾਨ ਨੇ 1000 ਰੁਪਇਆ ਦਿੱਤਾ ਕਿ ਨਹੀਂ ਸਾਨੂੰ, ਉਹ ਵੀ ਝੂਠ ਬੋਲਿਆ, 1000 ਰੁਪਏ ਦਾ ਵੀ ਝੂਠ ਬੋਲਿਆ ਤੇ ਬਿੱਲਾਂ ਦਾ ਵੀ। ਆ ਦੇਖੋ ਬਿੱਲ, ਇੱਕ ਗਰੀਬ ਬੀਬੀ ਦਾ 21,000 ਰੁਪਏ ਦਾ ਬਿੱਲ, ਆ ਦੇਖੋ 20,000 ਦੇ ਬਿੱਲ, ਆ ਦਿਖਾਓ ਬਿੱਲ। ਆ ਬੀਬੀ ਨੇ 10,900 ਦਾ ਬਿੱਲ, ਦੇਖੋ ਕਿੰਨੀ ਗਰੀਬ ਬੀਬੀ ਦਾ। ਬੀਬੀ ਜੀ ਦੱਸੋ ਤੁਹਾਡਾ ਤੁਹਾਡੇ ਘਰ ਦਾ ਬਿੱਲ ਹੈ। ਮੰਦਰ ਸਿੰਘ ਦਾ ਵੀਰ ਜੀ, ਮੰਦਰ ਸਿੰਘ ਦਾ ਇੱਕ ਕਿੱਕਰ ਸਿੰਘ ਦਾ ਬਿੱਲ ਹੈ। ਸਾਰੇ ਗਰੀਬ ਘਰਾਂ ਦੇ ਬਿੱਲ ਹੈਗੇ ਜਿਹੜੇ ਭਗਵੰਤ ਮਾਨ ਝੂਠ ਬੋਲ ਕੇ ਕਹਿੰਦਾ ਮੈਂ ਸਾਰਿਆਂ ਦੇ ਬਿੱਲ ਮਾਫ ਕੀਤੇ ਆ। ਆ ਦੇਖੋ ਬੀਬੀਆਂ, ਮੈਂ ਫਿਰ ਤੋਂ ਪੁੱਛਣਾ ਚਾਹੁੰਦਾ, ਜੇ ਤੁਹਾਡੇ ਬਿੱਲ ਆਏ ਤੇ ਹੱਥ ਖੜੇ ਕਰ ਦਿਓ। ਆ ਦੇਖੋ ਸਾਰੀਆਂ ਬੀਬੀਆਂ ਨੇ ਹੱਥ ਖੜੇ ਕੀਤੇ ਆ, ਦੇਖੋ ਬਿੱਲ ਆਏ ਆ। ਇਸ ਕਰਕੇ ਆ ਜਿਹੜੇ ਠੱਗ ਝਾੜੂ ਵਾਲੇ ਆ, ਆ ਝਾੜੂ ਵਾਲੇ ਨੂੰ ਭਜਾਈਏ ਤੇ ਆਪਾਂ ਤੱਕੜੀ ਤੇ ਮੋਰ ਲਾ ਕੇ ਬਾਦਲ ਅਕਾਲੀ ਦਲ ਨੂੰ ਲੈ ਕੇ ਆਈਏ, ਅਕਾਲੀ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਆਈਏ। ਝਾੜੂ ਵਾਲਿਆਂ ਨੂੰ ਭਜਾਵਾਂਗੇ, ਤੁਹਾਨੂੰ ਸਾਰਿਆਂ ਨੂੰ ਇਨਸਾਫ ਦਵਾਵਾਂਗੇ। ਆ ਬੀਬੀ ਜੀ ਦਿਖਾ ਰਹੀ ਹੈ, ਆ ਬਿੱਲ ਦਿਖਾਈ ਜਾਂਦੀ ਹੈ। ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ, ਮੈਨੂੰ ਪਤਾ ਪੀਟੀਸੀ ਦੇ ਸਾਹਮਣੇ ਬੈਠਾ ਹੋਣਾ ਦੇਖਣ ਵਾਸਤੇ, ਆ ਗਰੀਬ ਬੀਬੀਆਂ ਦੇ ਬਿੱਲ ਦੇਖ ਲੋ, ਜਿਹੜਾ ਕਹਿੰਦਾ ਮੈਂ ਬਿੱਲ ਮੁਫ਼ਤ ਕੀਤੇ ਆ। ਆ ਸਾਰੀਆਂ ਬੀਬੀਆਂ ਆਈਆਂ, ਬੀਬੀਆਂ ਦੱਸਿਓ ਹੱਥ ਖੜਾ ਕਰਕੇ ਤੁਹਾਡੇ ਬਿੱਲ ਆ ਰਹੇ ਕਿ ਨਹੀਂ। ਆ ਦੇਖੋ ਸਾਰੀਆਂ ਬੀਬੀਆਂ ਨੇ ਹੱਥ ਖੜੇ ਕਰਕੇ ਕਿਹਾ ਕਿ ਝਾੜੂ ਵਾਲੇ ਨੇ ਝੂਠ ਬੋਲ ਕੇ। ਪਹਿਲੇ ਤਾਂ ਕੀ ਭਗਵੰਤ ਮਾਨ ਨੇ 1000 ਰੁਪਇਆ ਦਿੱਤਾ ਕਿ ਨਹੀਂ ਸਾਨੂੰ, ਉਹ ਵੀ ਝੂਠ ਬੋਲਿਆ, 1000 ਰੁਪਏ ਦਾ ਵੀ ਝੂਠ ਬੋਲਿਆ ਤੇ ਬਿੱਲਾਂ ਦਾ ਵੀ। ਆ ਦੇਖੋ ਬਿੱਲ, ਆ ਇੱਕ ਗਰੀਬ ਬੀਬੀ ਦਾ 21,000 ਰੁਪਏ ਦਾ ਬਿੱਲ, ਆ ਦੇਖੋ 20,000 ਦੇ ਬਿੱਲ, ਆ ਦਿਖਾਓ ਬਿੱਲ। ਆ ਬੀਬੀ ਨੇ 10,900 ਦਾ ਬਿੱਲ, ਦੇਖੋ ਕਿੰਨੀ ਗਰੀਬ ਬੀਬੀ ਦਾ। ਬੀਬੀ ਜੀ ਦੱਸੋ ਤੁਹਾਡਾ ਤੁਹਾਡੇ ਘਰ ਦਾ ਬਿੱਲ ਹੈ। ਮੰਦਰ ਸਿੰਘ ਦਾ ਵੀਰ ਜੀ, ਮੰਦਰ ਸਿੰਘ ਦਾ ਇੱਕ ਕਿੱਕਰ ਸਿੰਘ ਦਾ ਬਿੱਲ ਹੈ। ਸਾਰੇ ਗਰੀਬ ਘਰਾਂ ਦੇ ਬਿੱਲ ਹੈਗੇ ਜਿਹੜੇ ਭਗਵੰਤ ਮਾਨ ਝੂਠ ਬੋਲ ਕੇ ਕਹਿੰਦਾ ਮੈਂ ਸਾਰਿਆਂ ਦੇ ਬਿੱਲ ਮਾਫ਼ ਕੀਤੇ ਆ।
ਆ ਦੇਖੋ ਬੀਬੀਆਂ, ਮੈਂ ਫਿਰ ਤੋਂ ਪੁੱਛਣਾ ਚਾਹੁੰਦਾ, ਜੇ ਤੁਹਾਡੇ ਬਿੱਲ ਆਏ ਤੇ ਹੱਥ ਖੜੇ ਕਰ ਦਿਓ। ਆ ਦੇਖੋ ਸਾਰੀਆਂ ਬੀਬੀਆਂ ਨੇ ਹੱਥ ਖੜੇ ਕੀਤੇ ਆ, ਦੇਖੋ ਬਿੱਲ ਆਏ ਆ। ਇਸ ਕਰਕੇ ਆ ਜਿਹੜੇ ਠੱਗ ਝਾੜੂ ਵਾਲੇ ਆ, ਆ ਝਾੜੂ ਵਾਲੇ ਨੂੰ ਭਜਾਈਏ ਤੇ ਆਪਾਂ ਤੱਕੜੀ ਤੇ ਮੋਰ ਲਾ ਕੇ ਬਾਦਲ ਅਕਾਲੀ ਦਲ ਨੂੰ ਲੈ ਕੇ ਆਈਏ, ਅਕਾਲੀ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਆਈਏ। ਝਾੜੂ ਵਾਲਿਆਂ ਨੂੰ ਭਜਾਵਾਂਗੇ, ਤੁਹਾਨੂੰ ਸਾਰਿਆਂ ਨੂੰ ਇਨਸਾਫ਼ ਦਵਾਵਾਂਗੇ।